ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਰੁੱਖ ਦੇ ਥੱਲੇ ਇੱਕ ਮਨੁੱਖ ਰੋਜ ਜੁੱਤੀਆਂ ਚਪਲਾਂ ਗੰਡਿਆ ਕਰਦਾ ਸੀ ਉਸੇ ਰੁੱਖ ਦੇ ਉੱਤੇ ਇੱਕ ਚਿੜੀ ਦਾ ਆਲਣਾ ਸੀ ਉਹ ਚਿੜੀ ਆਪਣੇ ਦੋ ਬੱਚਿਆਂ ਦੇ ਨਾਲ ਰਿਹਾ ਕਰਦੀ ਸੀ ਉਹ ਮਨੁੱਖ ਨੇ ਰੋਜ ਘਰੋਂ ਇੱਕ ਰੋਟੀ ਲੈ ਕੇ ਆਇਆ ਕਰਨੀ ਦੁਪਹਿਰਾਂ ਵੇਲੇ ਉਹ ਰੋਟੀ ਪਾਣੀ ਦੇ ਨਾਲ ਛਕ ਲਿਆ ਕਰਨੀ ਉਹਦੇ ਵਿੱਚੋਂ ਇੱਕ ਗ੍ਰਾਈ ਤੋੜ ਕੇ ਉਹ ਚਿੜੀ ਨੂੰ ਪਾ ਦੇਣੀ ਕਰਨੀ ਚਿੜੀ ਨੇ ਖਾ ਕੇ ਉਥੇ ਚੈ ਚੈ ਕਰਿਆ ਕਰਨਾ ਉਸ ਤੋਂ ਬਾਅਦ ਉਹਨੇ ਉਹ ਰੁੱਖ ਦੇ ਥੱਲੇ ਕੁਝ ਸਮੇਂ ਆਰਾਮ ਕਰਨਾ ਕਰਨਾ ਤੇ ਉੱਠ ਕੇ 5 ਮਿੰਟ ਵਾਹਿਗੁਰੂ ਦਾ ਨਾਮ ਲੈ ਕੇ ਫਿਰ ਸ਼ੁਕਰਾਨਾ ਕਰਿਆ ਕਰਨਾ ਇੱਕ ਦਿਨ ਜਦੋਂ ਦੁਪਹਿਰਾਂ ਵੇਲੇ ਰੋਟੀ ਖਾ ਕੇ ਉਸ ਤੋਂ ਬਾਅਦ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਪਿਆ ਸੀ ਤੇ ਨਾਲ ਹੀ ਇੱਕ ਗराई ਚਿੜੀ ਨੂੰ ਪਾਉਂਦਿਆ ਸੀ ਉੱਥੇ ਇੱਕ ਮਨੁੱਖ ਆਇਆ ਉਹ ਆਪਣਾ ਬੂਟ ਜੋ ਸੀ ਉਹ ਨੂੰ ਠੀਕ ਕਰਵਾਉਣ ਆਇਆ ਸੀ ਭਾਵੇਂ ਉਹ ਤੋਂ ਫਟ ਗਿਆ ਸੀ ਤੋਂ ਠੀਕ ਕਰਵਾਉਣ ਆਇਆ ਸੀ ਉਹ ਮਨੁੱਖ ਵੀ ਬੜਾ ਨੇਕ ਲੱਗਦਾ ਸੀ ਉਹ ਮਨੁੱਖ ਇਹ ਸਭ ਕੁਝ ਦੇਖ ਰਿਹਾ ਸੀ ਜਦੋਂ ਉਹ ਜੁੱਤੇ ਚਪਲਾਂ ਗੰਢਣ ਉੱਥੇ ਆਇਆ ਤਾਂ ਉਹਨੇ ਕਿਹਾ ਵੀ ਤੁਸੀਂ ਇਦਾਂ ਰੋਜ਼ ਕਰਦੇ ਹੋ ਕਹਿੰਦਾ ਹਾਂਜੀ ਮੈਂ ਐਵੇਂ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਹਿੰਦਾ ਵੀ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਿਸ ਕਾਰਨ ਕਰਦੇ ਹੋ ਉਹ ਕਹਿੰਦਾ ਸਭ ਤੋਂ ਵੱਡੀ ਚੀਜ਼ ਪਰਮਾਤਮਾ ਨੇ ਮੈਨੂੰ ਸਿਹਤ ਦਿੱਤੀ ਤੇ ਮੈਨੂੰ ਦੋ ਹੱਥ ਦਿੱਤੇ ਨੇ ਜਿਸ ਦੇ ਨਾਲ ਮੈਂ ਕਮਾ ਸਕਦਾ ਸਿਹਤ ਦਿੱਤੀ ਇਹ ਹਰ ਚੀਜ਼ ਨੂੰ ਮੈਂ ਖਾ ਸਕਦਾ ਵਾਂ ਉਨੇ ਜੋਗਾ ਕੀਤੇ ਕਿ ਨਾਲ ਕਾਂਚ ਨੌਰ ਚਿੜੀਆਂ ਨੂੰ ਵੀ ਪਾ ਸਕਦਾ ਫਿਰ ਦੱਸੋ ਵਾਹਿਗੁਰੂ ਦਾ ਸ਼ੁਕਰਾਨਾ ਕਿਉਂ ਨਾ ਕਰਾਂ ਇਹ ਗੱਲ ਸੁਣ ਕੇ ਉਹ ਮਨੁੱਖ ਦਾ ਬਹੁਤ ਵੱਡਾ ਉਹਦੇ ਅੱਖਾਂ 'ਚੋਂ ਹੰਝੂ ਆਉਣ ਲੱਗੇ ਉਹ ਕਹਿੰਦਾ ਤੂੰ ਧੰਨ ਤੂੰ ਤਾਮੀ ਇਨ ਹਾਲਾਤਾਂ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਇਹ ਕਹਿ ਕੇ ਤੇ ਉਹ ਮਨੁੱਖ ਨੇ ਨਾ ਜੋ ਜੁੱਤਾ ਘਣਵਾਣ ਆਇਆ ਸੀ ਭਾਵੇਂ ਆਪਣਾ ਬੂਟ ਘਣਵਾਣ ਆਇਆ ਸੀ ਉਹਨੇ ਆਪਣੇ ਮukh 'ਚੋਂ ਇੱਕ ਪੰਕਤੀ ਉਚਾਰਦ ਇਹ ਸੁਣ ਕੇ ਉਹ ਜਿਹੜਾ ਜੁੱਤੀਆਂ ਚਪਲਾਂ ਗਣਦਾ ਸੀ ਉਹਨੂੰ ਬੜਾ ਜ਼ਿਆਦਾ ਉਸ ਤੋਂ ਪ੍ਰਭਾਵਿਤ ਹੋਇਆ ਉਹਦਾ ਜਿਹੜਾ ਜੁੱਤਾ ਸੀ ਭਾਵ ਉਹਦਾ ਬੂਟ ਸੀ ਉਹ ਗਣ ਦਿੱਤਾ ਉਸ ਤੋਂ ਬਾਅਦ ਕਿ ਹਾਂ ਵੀ ਜੋ ਤੁਸੀਂ ਹੁਣੇ ਪੰਕਤੀ ਦੁਹਰਾ ਰਹੇ ਸੀ बार-बार ਇਹਦਾ ਮਤਲਬ ਕੀ ਹੈ ਤਾਂ ਉਹ ਮਨੁੱਖ ਜੋ ਬੂਟ ਗਣਵਾਣ ਆਇਆ ਸੀ ਆਂਦਾ ਹੈ ਇਹਦਾ ਮਤਲਬ ਹੈ हे ਪਰਮਾਤਮਾ ਤੂੰ ਸਭ ਤੋਂ ਵੱਡਾ ਤੂੰ ਜਿਸ ਨੂੰ ਚਾਵੇਂ ਰਾਜਪਾਟ ਦੇ ਸਕਦਾ ਜਿਸ ਨੂੰ ਚਾਵੇਂ અપਮਾਨ ਚੋਲੀ ਪਾ ਸਕਦਾ ਤੇਰੇ ਰੰਗ ਬਹੁਤ ਨਿਆਰੇ ਨੇ ਤੇਰਾ ਹੁਕਮ ਹੈ ਤੇ ਉਹਦੇ ਨਾਲ ਹੀ ਸਭ ਕੁਝ ਚੱਲਦਾ ਹੈ ਕਹਿੰਦਾ ਇਸ ਦਾ ਮਤਲਬ ਇਹ ਹੈ ਕਹਿੰਦਾ ਅੱਛਾ ਕਹਿੰਦਾ ਮੈਂ ਤੁਹਾਡੇ ਤੋਂ ਕੁਝ ਲਿਆ ਹੈ ਨਾ ਤੁਸੀਂ ਮੈਨੂੰ ਇਹ ਪੰਕਤੀ ਅੱਛੀ ਤਰ੍ਹਾਂ ਯਾਦ ਕਰਵਾ ਦਿਓ ਜਾਂ ਲਿਖ ਕੇ ਦੇ ਦਿਓ ਕਹਿੰਦਾ ਠੀਕ ਹੈ ਉਹਨੇ ਉਹ ਪੰਕਤੀ ਲਿਖ ਦਿੱਤੀ ਅਤੇ ਉਸ ਦਾ ਰੋਜ਼ ਉਚਾਰਨ ਕਰਨ ਲੱਗਾ ਇੰਨਾ ਕਹਿ ਕੇ ਉਹ ਤੇ ਮਨੁੱਖ ਤੋਂ ਚਲਾ ਗਿਆ ਉਹ ਬੜਾ ਜ਼ਿਆਦਾ ਖੁਸ਼ ਹੋਇਆ ਕਿ ਅੱਜ ਮੈਂ ਕੋਈ ਬੜਾ ਵੱਡਾ ਸੌਦਾ ਕਰ ਲਿਆ ਹੈ ਬੜੇ ਵੱਡੀ ਚੀਜ਼ ਜੋ ਹੈ ਆਪਣੇ ਘਰ ਲੈ ਕੇ ਚੱਲਾ ਉਹਨੇ ਹੁਣ ਘਰ ਗਿਆ ਆਟਾ ਲੈ ਕੇ ਗਿਆ ਰੋਟੀ ਪਾਣੀ ਬਣਿਆ ਅਗਲੇ ਦਿਨ ਆਇਆ ਤੇ ਉਹਨੇ ਜਦਾ ਵੀ ਸਮਾਂ ਮਿਲਣਾ ਉਹਨੇ ਉਦੋਂ ਹੀ ਇਹ ਪੰਕਤੀ ਦਾ ਉਚਾਰਨ ਕਰਿਆ ਕਰਨਾ ਜਿਨ੍ਹਾਂ ਨੇ ਇਹ ਪੰਕਤੀ ਦਾ ਉਚਾਰਨ ਕਰਿਆ ਕਰਿਆ ਤੇ ਚਿੜੀਆਂ ਨੇ ਵੀ ਨਾਲ ਚੈਕ ਕਰਿਆ ਕਰਨੀ ਉਹਨੇ ਕਹਿਣਾ ਵੀ ਤੁਸੀਂ ਤਾਂ ਬੜੀਆਂ ਹੁਸ਼ਿਆਰ ਨਿਕਲਿਆ ਤੁਸੀਂ ਮੇਰੇ ਨਾਲ ਇਹ ਪੰਕਤੀ ਦਾ ਉਚਾਰਨ ਕਰਨ ਲੱਗ ਗਿਓ ਤੁਹਾਨੂੰ ਵੀ ਇਹ ਪੰਕਤੀ ਆਉਣ ਲੱਗੀ ਤੁਸੀਂ ਵੀ ਕੁਦਰਤ ਦੇ ਜੋ ਰੰਗ ਨੇ ਉਹਦੇ ਵਿੱਚ ਸ਼ਾਮਿਲ ਹੋ ਤੇ ਤੁਸੀਂ ਵੀ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋ ਐਵੇਂ ਕਰਦੇ ਅਗਲਾ ਇੱਕ ਹਫ਼ਤਾ ਨਾ ਉਹਦੇ ਕੋਲ ਕੋਈ ਵੀ ਨਾ ਕੋਈ ਚੱਪਲ ਨਾ ਕੋਈ ਬੂਟ ਕੁਝ ਵੀ ਨਾ ਗੰਡਵਾਨ ਆਇਆ ਉਹਦੇ ਕੋਲ ਜੋ ਪੈਸੇ ਸਨ ਉਹ ਤਾਂ ਉਹਨੇ ਦਿਨ ਘਰ ਆਟਾ ਰਾਸ਼ਨ ਲੈ ਕੇ ਜਾਂਦਾ ਰਿਹਾ ਪਰ ਕੁਝ ਦਿਨ ਬਾਅਦ ਪੈਸੇ ਖਤਮ ਹੋ ਗਏ ਇੱਕ ਦਿਨ ਜਦੋਂ ਘਰ ਗਿਆ ਤੇ ਘਰ ਕੁਝ ਵੀ ਖਾਣ ਲਈ ਨਹੀਂ ਸੀ ਬੱਚੇ ਭੁੱਖ ਨਾਲ ਤੜਫਦੇ ਪਏ ਸਾਰੇ ਜਣੇ ਪਾਣੀ ਪੀ ਕੇ ਸੌ ਗਏ ਅਗਲਾ ਦਿਨ ਹੋਇਆ ਫਿਰ ਉਵੇਂ ਪਾਣੀ ਪੀ ਕੇ ਸੌ ਗਏ ਐਵੇਂ ਕਰਦੇ ਕਰਦੇ 4 ਦਿਨ ਲੰਘ ਗਏ ਜਦੋਂ ਚੌਥੇ ਦਿਨ ਘਰ ਗਿਆ ਕੰਮ ਨਾ ਮਿਲਿਆ ਤੇ ਘਰ ਵਾਲੀ ਕਹਿੰਦੀ ਵੀ ਜਵਕ ਖੋਦ ਤਾਂ ਆਪਾਂ ਚਲੋ ਜੀ ਲਾਂਗੇ ਪਾਣੀ ਪੀ ਕੇ ਜਵਾਕਾਂ ਦੇ ਹਾਲਾਤਾਂ ਤੇ ਹੀ ਦਰਸ ਕਰ ਲੋ ਆਪਣੇ ਸਾਹਮਣੇ ਕਰ ਜਿਹੜਾ ਗਵਾਂਢੀ ਹੈ ਨਾ ਉਹਨਾਂ ਦੇ ਘਰ ਵਿਆਹ ਹੈ ਉਹਨਾਂ ਘਰ ਬੜਾ ਸਾਰਾ ਅਜ ਰਸਤ ਪਾਣੀ ਪੱਕਿਆ ਉਹਦੇ ਕੋਲ ਜਾ ਕੇ ਥੋੜਾ ਜਿਹਾ ਲੈ ਆਓ ਤੇ ਜਵਾਕਾਂ ਨੂੰ ਖਵਾ ਦਿਓ ਨਹੀਂ ਤਾਂ ਕੁਝ ਪੈਸੇ ਲੈ ਆਓ ਉਹ ਕਹਿੰਦਾ ਵੀ ਉਹਨੂੰ ਬੜਾ ਪੈਸਿਆਂ ਤੇ ਮਾਨ ਹੈ ਮੈਂ ਉਹਦੇ ਘਰ ਨਹੀਂ ਜਾਣਾ ਉਹ ਹੰਕਾਰੀ ਪਰ ਕਹਿੰਦਾ ਬੱਚਿਆਂ ਦੇ ਹਾਲਾਤ ਐਵੇਂ ਦੇ ਨੇ ਕਿ ਮੈਨੂੰ ਜਾਣਾ ਪੈਣਾ ਉਹਨਾਂ ਦੇ ਘਰ ਜਾਂਦਾ ਜਾ ਕੇ ਕਹਿੰਦਾ ਕਿ ਆਪਣੀ ਸਾਰੀ ਮਜਬੂਰੀ ਦੱਸਦਾ ਕਿ 4 ਦਿਨ ਹੋ ਗਏ ਮੇਰੇ ਬੱਚਾ ਨੇ ਕੁਝ ਨਹੀਂ ਖਾਧਾ ਜੇਕਰ ਐਵੇਂ ਦੇ ਹਾਲਾਤ ਨਾ ਹੁੰਦੇ ਮੈਂ ਤੁਹਾਡੇ ਕੋਲ ਕਦੀ ਨਹੀਂ ਆਉਂਦਾ ਤੁਸੀਂ ਥੋੜਾ ਜਿਹਾ ਮੈਨੂੰ ਰਾਸ਼ਨ ਪਾਣੀ ਜਾਂ ਥੋੜਾ ਜਿਹਾ ਪਕਵਾਨ ਦੇ ਦਿਓ ਜਾਂ ਕੁਝ ਪੈਸੇ ਹੀ ਉਧਾਰ ਦੇ ਦਿਓ ਮੇਰੇ ਕੋਲ ਜਦੋਂ ਆਉਣਗੇ ਮੈਂ ਚੁਕਦਾ ਕਰ ਦਾਂਗਾ ਅੱਗੋਂ ਦਾ ਗਵਾਂਢੀ ਕਹਿੰਦਾ ਕਿ ਤੈਨੂੰ ਪਤਾ ਲੱਗ ਗਿਆ ਵੀ ਅੱਜ ਇਹਨਾਂ ਦੇ ਘਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਨੇ ਤੇ ਚਲੋ ਜਾ ਕੇ ਤੇ ਉੱਥੇ ਆਨੰਦ ਮਾਣਿਆ ਜਾ ਤੂੰ ਰੋਟੀ ਵੇਖੀ ਨਹੀਂ ਤੇ ਮੰਗਤੇ ਪਹਲਾਗੇ ਆਪਣੇ ਨੌਕਰ ਨੂੰ ਬੁਲਾ ਕੇ ਕਹਿੰਦਾ ਇਹਨੂੰ ਗਰੀਬ ਨੂੰ ਘਰੋਂ ਬਾਹਰ ਕੱਢੋ ਉਹ ਤਿੰਨ ਚਾਰ ਜਣੇ ਆਉਂਦੇ ਆ ਤੇ ਉਹਨੂੰ ਪਾਰ ਕੱਢ ਕੇ ਧੱਕਾ ਮਾਰਦੇ। ਸਾਹਮਣੇ ਬਾਗ ਗਹਲੀ ਵਿੱਚ ਇੱਕ ਇੱਟ ਪਈ ਹੁੰਦੀ। ਜਦੋਂ ਉਹ ਦੇ ਉੱਤੇ ਮੱਥਾ ਵਾਜਦਾ ਤੇ ਉਹਦੇ ਤੇ ਲਹੂ ਲਵਾਨ ਹੋ ਜਾਂਦਾ। ਬੜੀ ਧੀਰ ਬਾਅਦ ਉੱਠ ਕੇ ਸੰਵਲਦਾ। ਮੂੰਹ ਹੱਥ ਧੋਕੇ ਤੇ ਸਾਹਮਣੇ ਦੇਖਦਾ ਕਿ ਉੱਥੇ ਬੜੇ ਜਿਆਦੇ ਲੋਕ ਬੈਠੇ ਉੱਥੇ ਇਬਾਦਤ ਕਰਦੇ ਹੁੰਦੇ ਨੇ ਪਰਮਾਤਮਾ ਦੇ ਨਾਮ ਜਪਦੇ ਹੁੰਦੇ। ਉੱਥੇ ਮੂੰਹ ਹੱਥ ਧੋਕੇ ਤੇ ਉੱਥੇ ਬੈਠ ਕੇ ਵਾਹਿਗੁਰੂ ਦਾ ਨਾਮ ਲੈਣ ਲੱਗ ਜਾਂਦਾ। ਕਹਿੰਦਾ ਪਰਮਾਤਮਾ ਜੋ ਵੀ ਗੁਨਾਹ ਹੋਏ ਉਹਦੇ ਲਈ ਮੈਨੂੰ ਬਖਸ਼ ਦੇ। ਪਰ ਮੇਰੇ ਜਿਹੜੀ ਔਲਾਦ ਹੈ ਨਾ ਤੂੰ ਉਹਨਾਂ ਨੂੰ ਖਾਣ ਲਈ ਜ਼ਰੂਰ ਕੁਝ ਦੇ ਦੇ ਉਸ ਤੋਂ ਬਾਅਦ ਕਹਿੰਦਾ ਹੈ हे ਪ੍ਰਮਾਤਮਾ ਤੂੰ ਸਭ ਤੋਂ ਵੱਡਾ ਤੂੰ ਜਿਸ ਨੂੰ ਚਾਵੇਂ ਰਾਜਪਾਟ ਦੇ ਤੂੰ ਜਿਸ ਨੂੰ ਚਾਵੇਂ અપਮਾਨ ਚੋਲੀ ਪਾ ਦੇ ਤੇਰੇ ਰੰਗ ਨਹੀਂ ਆ ਰਹੇ ਨੇ ਤੇਰੇ ਹੁਕਮ ਨਾਲ ਸਭ ਕੁਝ ਹੁੰਦਾ ਉਹ ਬਾਰ-ਬਾਰ ਇਹ ਗੱਲਾਂ ਦੁਹਰਾਈ ਜਾ ਰਿਹਾ ਸੀ ਇੰਨੇ ਨੂੰ ਪਿੱਛੋਂ ਇੱਕ ਸੋਦਾਗਰ ਆਉਂਦਾ ਉਹਦੀਆਂ ਗੱਲਾਂ ਸੁਣ ਕੇ ਉਹਦੇ ਇਹ ਜੋ ਗੱਲਾਂ ਕਹਿ ਰਿਹਾ ਹੁੰਦਾ ਹੈ ਉਹਦੇ ਦਿਲ ਤੇ ਲੱਗ ਜਾਂਦੀਆਂ ਉਹ ਇਸ ਚੀਜ਼ ਦਾ ਇੰਤਜ਼ਾਰ ਕਰਦਾ ਵੀ ਕਦੋਂ ਇਹ ਥੋਠ ਠੀਕਾ ਤੇ ਕਦੋਂ ਇਹਦੇ ਨਾਲ वार्तालाप ਕਰਾਂਗਾ ਉਹ ਵਾਇਕਰੂ ਦਾ ਸ਼ੁਕਰਾਨਾ ਕਰਕੇ ਜਦੋਂ ਬਾਹਰ ਆਉਂਦਾ ਤੇ ਉਸ ਵਾਧਾ ਗਰੋਨੂ ਕਹਿੰਦਾ ਕਿ ਮੈਂ ਇਸ ਨਗਰ ਵਿੱਚ ਨਿਆ ਜਿਹੜਾ ਮੇਰਾ ਸਾਥੀ ਸੀ ਜਿਸ ਦੇ ਨਾਲ ਮੈਂ ਵਪਾਰ ਕਰਨਾ ਸੀ ਉਹ ਰੱਬ ਦੇ ਅਕਾਲ ਚਲਾ ਨੇ ਕਰ ਗਿਆ ਰੱਬ ਖੋਲ ਚਲਾ ਗਿਆ ਹੁਣ ਮੈਨੂੰ ਇੱਕ ਸਾਥੀ ਦੀ ਲੋੜ ਹੈ ਮੈਂ ਤੇਰੇ ਤੋਂ ਉਮੀਦ ਕਰਦਾ ਕਿ ਤੂੰ ਮੇਰੇ ਨਾਲ ਵਿਸ਼ਵਾਸ ਨਾਲ ਕੰਮ ਕਰੇਗਾ ਇਮਾਨਦਾਰੀ ਨਾਲ ਕੰਮ ਕਰੇਗਾ ਤੇ ਤੂੰ ਮੇਰਾ ਸਾਥੀ ਬਣ ਜਾ ਤੇ ਆਪਾਂ ਦੋਨੋਂ ਜਣੇ ਕੰਮ ਕਰਾਂਗੇ ਉਹ ਇਨਜਦੋਕਿਆ ਤੇਨੇ ਪਿੱਛੇ ਮੁੜ ਵਾਇਗਰੂ ਦਾ ਪਹਿਲਾਂ ਸ਼ੁਕਰਾਨਾ ਕੀਤਾ ਕਿ ਤੂੰ ਮੈਨੂੰ ਇੰਨੇ ਜੋਗਾ ਕਰਤਾ ਕਿ ਅੱਜ ਮੈਂ ਘਰ ਕੁਝ ਲੈ ਕੇ ਜਾ ਸਕਦਾ ਉਹਨੇ ਕੁਝ ਪੈਸੇ ਦਿੱਤੇ ਉਹ ਪੈਸੇ ਕਰ ਲੈ ਕੇ ਗਿਆ ਰਾਸ਼ਰ ਪਾਣੀ ਲੈ ਕੇ ਗਿਆ ਤੇ ਸਭ ਨੇ ਰੱਜ ਕੇ ਖਾਧ ਐਵੇਂ ਕਰਦਿਆ ਕਰਦਿਆਂ ਦੋਵਾਂ ਨੂੰ ਕੰਮ ਕਰਦਿਆਂ ਵਪਾਰ ਕਰਦਿਆਂ ਕਾਫੀ ਲੰਬਾ ਸਮਾਂ ਬੀਤ ਗਿਆ 2 ਸਾਲ ਦਾ ਸਮਾਂ ਬੀਤਣ ਤੋਂ ਬਾਅਦ ਉਹਨੂੰ ਸਾਰੇ ਵਪਾਰ ਦੀ ਸਮਝ ਆ ਗਈ ਤੇ ਹੁਣ ਉਹਦੇ ਕੋਲ ਕਾਫੀ ਪੈਸੇ ਵੀ ਜੁੜ ਗਏ ਓਨ ਜਿਹੜਾ ਸਵਦਾਗਰ ਸੀ ਉਹਨੇ ਕਿਹਾ ਕਿ ਮੈਂ ਆਪਣੇ ਦੇਸ਼ ਵਾਪਸ ਜਾਣਾ ਹੈ ਤੇ ਇਹ ਕਹਿ ਕੇ ਉਹ ਉਹਦੇ ਨਾਲ ਚੰਗੀ ਤਰ੍ਹਾਂ ਮਿਲ ਜੁਲ ਕੇ ਉੱਥੋਂ ਵਾਪਸ ਚਲਾ ਗਿਆ ਹੁਣ ਉਹ ਜਿਹੜਾ ਵਪਾਰ ਕਰਦਾ ਸੀ ਪਾਬ ਪਹਿਲਾਂ ਜੁੱਤੇ ਗਣਦਾ ਸੀ ਤੇ ਚੱਪਲਾਂ ਗਣਦਾ ਸੀ ਉਹਦੇ ਕੋਲ ਕਾਫੀ ਪੈਸੇ ਆ ਗਏ ਉਹਨੇ ਉਹੀ ਵਪਾਰ ਉੱਥੇ ਆਪਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਹਨੇ ਨਾ ਬੜਾ ਸੋਹਣਾ ਇੱਕ ਥਾਤੇ ਮਕਾਨ ਬਣਾ ਲਿਆ ਪਰ ਮਕਾਨ ਦੇ ਜਿਹੜੀ ਕੰਧ ਸੀ ਨਾ ਬਾਹਰ ਉਹ ਕੰਧ ਦੇ ਉੱਤੇ ਉਹਨੇ ਲਿਖਿਆ हे ਪਰਮਾਤਮਾ ਤੂੰ ਸਭ ਤੋਂ ਵੱਡਾ ਤੂੰ ਜਿਸ ਨੂੰ ਚਾਵੇ ਰਾਜ ਭਾਟ ਦੇ ਵਿੱਚ ਜਿਸ ਨੂੰ ਚਾਵੇ અપਮਾਨ ਚੋਲੀ ਪਾਦ ਵਿੱਚ ਤੇਰੇ ਰੰਗ ਨਿਆਰੇ ਨੇ ਤੇਰੇ ਹੁਕਮ ਨਾਲ ਸਭ ਰਜਾ ਚੱਲਦੀ ਉਹਨੇ ਬਾਰ ਲਖਵਾ ਦਿੱਤਾ ਹੁਣ ਉਹਦੇ ਘਰ ਦੀ ਜਿਹੜੀ ਰਸੋਈ ਸੀ ਨਾ ਉੱਥੇ ਇੰਨਾ ਭੋਜਨ ਪਕਦਾ ਕਿ ਜੇਕਰ ਕੋਈ ਉੱਥੇ ਆਉਂਦਾ ਨਾ ਤਾਂ ਕਦੀ ਵੀ ਭੁੱਖੇ ਪੇਟ ਨਾਲ ਜਾਇਆ ਕਰਦਾ ਉਹ ਉਸ ਚਿੜੀ ਨੂੰ ਵੀ ਨਹੀਂ ਸੀ ਭੁੱਲਿਆ ਹੈਗਾ ਉਹਨੇ ਰੋਜ਼ ਉੱਥੇ ਜਾ ਕੇ ਉਹਨੂੰ ਦਾਣਾ ਪਾ ਕੇ ਤੇ ਰੋਟੀ ਦੇ ਛੋਟੇ-ਛੋਟੇ ਗਰਾਈਆਂ ਕਰਕੇ ਉੱਥੇ ਪਾ ਕੇ ਉਹਨੂੰ ਆਇਆ ਕਰਨ ਉਹਨੇ ਇਹ ਕੰਮ ਰੋਜ਼ ਕਰਿਆ ਕਰਨੀ ਉਹਨੇ ਕਿਸੇ ਦੀ ਵੀ ਕਿਸੇ ਨੂੰ ਜ਼ਰੂਰਤ ਹੁੰਦੀ ਉਹਦੀ ਮਦਦ ਜ਼ਰੂਰ ਕਰਿਆ ਕਰਨੀ ਇੱਕ ਦਿਨ ਕੀ ਹੋਇਆ ਕਿ ਬੜੀ ਜਿਆਦਾ ਬਾਰਿਸ਼ ਪੈਂਦੀ ਸੀ ਉਹਦਾ ਰਾਤ ਨੂੰ ਬੁਹਾ ਖਟਕੇ ਉਹ ਜਿਹੜਾ ਜੁੱਤੇ ਚੱਪਲਾਂ ਦਾ ਕੰਮ ਕਰਿਆ ਕਰਦਾ ਸੀ ਉਹ ਵੀ ਉਸ ਰਾਤ ਜਾਗਦਾ ਪਿਆ ਸੀ ਉਹਦੇ ਘਰ ਦੇ ਕਾਮੇ ਨੇ ਬੁਹਾ ਖੋਲਿਆ ਬੁਹਾ ਖੋਲਿਆਂ ਤੇ ਬੁਹੇ ਦੇ ਅੱਗੇ ਇੱਕ ਪਾਟੇ ਪੁਰਾਣੇ ਕੱਪੜੇ ਪਾ ਕੇ ਤੇ ਇੱਕ ਹਾਲੋ ਬਿਹਾਲ ਹੋਇਆ ਮਨੁੱਖ ਸੀ ਉਹ ਕਾਮਾ ਅੰਦਰ ਗਿਆ ਰਸੋਈ ਚੋ ਜਾ ਕੇ ਗਰਮ ਗਰਮ ਰੋਟੀਆਂ ਤੇ ਨਾਲ ਸਬਜ਼ੀ ਲਿਆ ਕੇ ਉਹਨੂੰ ਦਿੱਤੀ ਪਾਟੇ ਕੱਪੜੇ ਸੰ ਕੱਪੜੇ ਲਿਆ ਕੇ ਦਿੱਤੇ ਪਰ ਇਹ ਸਾਰਾ ਕੁਝ ਇੱਕ ਪਾਸੇ ਬੈਠ ਕੇ ਉਹ ਕਾਮਾ ਬੜੀ ਜ਼ੋਰ ਜ਼ੋਰ ਨਾਲ ਰੋਣ ਲੱਗਾ ਇਹ ਦੇਖ ਕੇ ਉਹ ਜਿਹੜਾ ਜੁੱਤੀਆਂ ਚਪਲਾਂ ਗਣਦਾ ਸੀ ਉਹਦੇ ਕੋਲ ਆਇਆ ਕਹਿੰਦਾ ਤੂੰ ਰੋਂ ਕਿਉਂਦੇ ਐ ਕਹਿੰਦਾ ਕਿ ਉਹ ਜਿਹੜਾ ਸਾਹਮਣੇ ਮਨੁੱਖ ਬੈਠਾ ਹੈ ਨਾ ਇਹ ਕਿਸੇ ਸਮੇਂ ਇਸ ਜਿਹੜਾ ਜੋ ਇਹ ਸ਼ਹਿਰ ਦਾ ਸਭ ਤੋਂ ਨਾਮੀ ਮਨੁੱਖ ਸੀ ਤੇ ਜਿਹੜੀ ਤੁਹਾਡੇ ਘਰ ਦੇ ਬਾਹਰ ਤੁਸੀਂ ਪੱਥਰ ਦੇ ਉੱਤੇ ਲਿਖਵਾਇਆ ਹੈ ਨਾ हे ਪਰਮਾਤਮਾ ਤੂੰ ਸਭ ਤੋਂ ਵੱਡਾ ਤੂੰ ਜਿਸ ਨੂੰ ਚਾਵੇਂ ਰਾਜ-ਪਾਟ ਦੇ ਸਕਦਾ ਤੂੰ ਜਿਸ ਨੂੰ ਚਾਵੇਂ અપਮਾਨ ਝੋਲੀ ਪਾ ਸਕਦਾ ਤੇਰੇ ਰੰਗ ਨਿਆਰੇ ਤੇਰੇ ਹੁਕਮ ਵਿੱਚ ਸਾਰੀ ਰਜਾ ਚੱਲਦੀ ਪਈ ਅੱਜ ਜੋ ਮੈਂ ਸੱਚ ਹੁੰਦੇ ਵੇਖਿਆ ਇੱਕ ਦਿਨ ਮੇਰਾ ਬੇਟਾ ਬਹੁਤ ਬਿਮਾਰ ਸੀ ਮੈਸੇਦੇ ਕੋਲ ਪੈਸੇ ਮੰਗੇ ਤਾਂ ਇੰਨੇ ਮੈਨੂੰ ਕਿਹਾ ਕਿ ਤੂੰ ਝੂਠ ਬੋਲਦਾ ਤੇ ਮੈਨੂੰ ਘਰੋਂ ਤੱਕੇ ਮਾਰ ਕੇ ਬਾਹਰ ਕੱਢਤਾ ਮੈਨੂੰ ਪੈਸੇ ਨਾ ਹੋਣ ਕਰਕੇ ਮੇਰਾ ਪੁੱਤ ਅਕਾਲਸਲਾ ਨੇ ਕਰ ਗਿਆ ਉਸ ਦਿਨ ਮੈਂ ਬੜਾ ਰੋਇਆ ਕਰ ਲਾਇ ਨਇਦੇ ਕਰ ਕੰਮ ਕਰਦਾ ਸੀ ਪਰ ਇੰਨੇ ਇਹਦੇ ਕੋਲ ਪੈਸੇ ਸੀ ਪਰ ਇੰਨੇ ਮੈਨੂੰ ਨਹੀਂ ਦਿੱਤੇ ਅੱਜ ਮੈਂ ਇਹਨੂੰ ਫਕੀਰ ਹੁੰਦਾ ਦੇਖ ਰਿਹਾ ਇਹ ਦੇਖੋ ਅੱਜ ਇਸ ਕੋਲ ਕੱਖ ਨਹੀਂ ਹੈਗਾ ਤੇ ਅੱਜ ਇਹ ਦਸ ਦਰ ਦਰ ਭਟਕ ਰਿਹਾ ਇਹਨੇ ਨੂੰ ਉਹ ਜਿਹੜਾ ਜੁੱਤਾ ਚਪਲਾ ਗੰਡਦਾ ਉਹ ਆ ਕੇ ਦੇਖਦਾ ਤੇ ਇਹ ਉਹਦਾ ਉਹੀ ਗਵਾਂਢੀ ਹੁੰਦਾ ਜਦੋਂ ਪ੍ਰਸ਼ਾਦਾ ਛਕ ਲਿੰਦਾ ਤੇ ਉਹ ਜੁੱਤੇ ਚੱਪੇ ਗੰਡਣ ਵਾਲਾ ਉਹਦੇ ਕੋਲ ਜਾਂਦਾ ਕਿੰਦਾ ਮੈਨੂੰ ਪਹਿਚਾਨ ਨੇ ਮੈਂ ਤੁਹਾਡਾ ਉਹੀ ਗਵਾਂਢੀ ਆ ਜੋ ਤੁਹਾਡੇ ਘਰ ਵਿਆਹ ਵਾਲੇ ਦਿਨ ਤੁਹਾਡੇ ਤੋਂ ਪੈਸੇ ਉਧਾਰ ਜਾਂ ਥੋੜਾ ਜਿਹਾ ਰੋਟੀ ਪ੍ਰਸ਼ਾਦਾ ਲੈਣ ਆਇਆ ਸੀ ਤੁਸੀਂ ਮੈਨੂੰ ਬੜੀ ਜ਼ੋਰ ਕੀ ਤੱਕਾ ਦਿੱਤਾ ਸੀ ਅੱਜ ਵੀ ਉਹ ਨਿਸ਼ਾਨ ਮੇਰੇ ਮੱਥੇ ਤੇ ਮੈਂ ਉਸ ਚੀਜ਼ ਨੂੰ ਨਹੀਂ ਭੁੱਲਿਆ ਪਰ ਮੈਂ ਇਹ ਚਾਹਨਾ ਕਿ ਕਦੀ ਵੀ ਪੈਸੇ ਦਾ ਗਰੂਰ ਨਾ ਕਰੋ ਉਸ ਦਾ ਅੰਜਾਮ ਹਮੇਸ਼ਾ ਹੀ ਮਾੜਾ ਹੁੰਦਾ ਉਸ ਦੇ ਹੁਕਮ ਦਾ ਹਮੇਸ਼ਾ ਪਾਲਣ ਕਰੋ ਜੇ ਤੁਹਾਨੂੰ ਦਿੱਤੇ ਤੇ ਤੁਸੀਂ ਅੱਗੇ ਵੀ ਕਿਸੇ ਨੂੰ ਦਵੋ ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ ਇਸ ਤੇ ਕਦੇ ਵੀ ਮਾਨ ਨਾ ਕਰੋ ਤੈਨੂੰ ਇਹ ਸਜ਼ਾ ਮਿਲ ਗਈ ਉਹ ਪਰਮਾਤਮਾ ਤੋਂ ਗੁਨਾਹਾਂ ਦੀ ਮਾਫੀ ਮੰਗ ਉਹ ਬੜਾ ਮਿਹਰਬਾਨ ਹੈ ਉਹਨੇ ਕੋਲੋਂ ਕੁਝ ਪੈਸੇ ਦਿੱਤੇ ਤੇ ਕਿਹਾ ਇਹਦੇ ਨਾਲ ਆਪਣਾ ਵਪਾਰ ਚਲਾ ਤੇ ਆਪਣਾ ਕੰਮਕਾਰ ਕਰ ਉਹ ਜੋ ਸੀ ਮਨੋਖੀ ਉਹ ਕਿੰਦਾ ਦਾ ਗਵੰਡੀ ਸੀ ਉਹਨੇ ਕਿਹਾ ਕਿ ਕਿਹਦਾ ਕਿ ਕੁਝ ਸਮਾਂ ਹੋਇਆ ਮੈਨੂੰ ਵਪਾਰ ਚ ਬੜਾ ਘਾਟਾ ਪੈ ਗਿਆ ਮੇਰੀ ਘਰ ਵਾਲੀ ਜੋ ਸੀ ਉਹ ਅਕਾਲ ਚਲਾ ਨੇ ਕਰ ਗਈ ਸਦਮਾ ਨਾ ਸੈਂ ਕਰ ਸਕੀ ਮੇਰੇ ਬੱਚੇ ਜੋ ਸਨ ਉਹ ਆਵਾਰਾ ਹੋ ਗਏ ਤੇ ਮੈਂ ਦਰ ਤਰ ਭਟਕ ਰਿਆ ਉਹਨੇ ਕਿਹਾ ਕੋਈ ਨਾ ਇਹ ਜੋ ਵਾਹਿਗੁਰੂ ਹੈ ਨਾ ਬੜਾ ਮਿਹਰਬਾਨ ਹੈ ਦਿਨ ਸਵਲੇ ਵੀ ਲੈ ਕੇ ਆਏਗਾ ਤੂੰ ਵਪਾਰ ਸ਼ੁਰੂ ਕਰ ਇਸ ਤਰ੍ਹਾਂ ਉਹ ਮਨੁੱਖ ਨੇ ਹਰ ਕਿਸੇ ਦੀ ਮਦਦ ਕਰਿਆ ਕਰਨੀ ਪਰੋਚੀੜੀ ਦੇ ਆਲਣੇ ਤੇ ਰੋਜ਼ ਜਾਇਆ ਕਰਨਾ ਪਾਵੇਂ ਚੱਕੜ ਪਾਵੇਂ ਮੀ ਹਨੇਰੀ ਕੁਝ ਵੀ ਸੀ ਉੱਥੇ ਰੋਜ਼ ਜਾਇਆ ਕਰਦਾ ਸੀ ਕਿਹਾ ਜਾਂਦਾ ਹੈ ਇਹ ਜਾਨਵਰਾਂ ਦੀਆਂ ਦੁਵਾਵਾਂ ਤੇ ਬਾਦ ਦੁਵਾਵਾਂ ਚ ਬੜਾ ਅਸਰ ਹੁੰਦਾ ਇਸ ਲਈ ਕਦੇ ਵੀ ਕਿਸੇ ਨੂੰ ਮਾਰਨ ਤੋਂ ਪਹਿਲਾਂ ਮਾੜੇ ਸ਼ਬਦ ਬੋਲਣ ਤੋਂ ਪਹਿਲਾਂ ਸੋਚੋ ਕਿ ਕਿਤੇ ਪਲਟ ਕੇ ਮੇਰੇ ਕੋਲ ਤਾਂ ਨਾ ਆ ਜਾ ਜੇ ਆਉਣਗੇ ਤੇ ਸ਼ਾਇਦ ਮੈਂ ਇਹਨਾਂ ਨੂੰ ਸਹਿਨ ਨਾ ਕਰ ਪਾਵਾਂ ਇਸ ਲਈ ਕਦੀ ਵੀ ਉਹ ਕੰਮ ਨਾ ਕਰੋ ਜੋ ਖੁਦ ਸਹਿਨ ਨਾ ਕਰ ਪਾਓ